ਬਾਣੀ ਦੇ ਨੁਕਤੇ ਬੜੇ ਅਹਿਮ ਨੇ, ਨੁਕਤੇ ਬੜੇ ਬਰੀਕ ਨੇ, ਤੁਰਨੇ ਨਹੀਂ ਦਿੰਦੇ, ਅੱਗੇ ਤੁਰਿਆ ਹੀ ਨਹੀਂ ਜਾਂਦਾ। ਇਹ ਸ਼ਬਦ ਮਹਾਰਾਜ ਜੀ ਦੀ ਬਾਣੀ ਦਾ ਗੁਰਮੁਖੋ ਆਪਾਂ ਕਿੰਨਾ ਕੁ ਚਿਰ ਵਿਚਾਰਾਂਗੇ, ਜਿੱਥੋਂ ਜਾ ਕੇ ਮਨੁੱਖ ਦੀ ਬੁੱਧੀ ਮੁੱਕ ਜਾਂਦੀ ਹੈ। ਹਾਲਾਂਕਿ ਸਾਡਾ ਮਨ ਬੜਾ ਤੇਜ਼ ਤਰਾਰ ਹੈ। ਇੱਕ ਵਿਦਵਾਨ ਨੇ ਕਿਹਾ, ਉਹ ਕਹਿੰਦਾ ਜਿੱਡਾ ਮਨੁੱਖ ਦੀ ਯਾਦ ਸ਼ਕਤੀ ਹੈ, ਸੁਣਿਓ ਜੀ, ਜਿੱਡੀ ਮਨੁੱਖ ਦੀ ਯਾਦ ਸ਼ਕਤੀ ਹੈ, ਸਾਡਾ ਇਹ ਭੰਡਾਰਨ ਹੈ। ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਹੈ, ਸਾਡੇ ਅੱਜ ਦੀ ਜਨਰੇਸ਼ਨ ਨੂੰ ਪਤਾ ਹੈ ਕੰਪਿਊਟਰ ਦਾ ਦਿਮਾਗ ਬੜਾ ਹੈ, ਬਹੁਤ ਦਿਮਾਗ। ਉਹਨੂੰ ਜਿਹਨੂੰ ਮੈਮਰੀ ਕਹਿੰਦੇ ਨੇ, ਉਹਦੀ ਮੈਮਰੀ ਯੂਨਿਟ ਹੈ ਜੋ ਕੰਪਿਊਟਰ ਦੀ, ਉਹਦੇ ਵਿੱਚ ਇੱਕ ਸਮੇਂ ਬਹੁਤ ਕੁਝ ਸੇਵ ਸੰਭਾਲਿਆ ਜਾ ਸਕਦਾ ਹੈ, ਅਤੇ ਉਹ ਚੀਜ਼ ਯੁੱਗਾਂ ਤੱਕ ਸੰਭਾਲੀ ਜਾ ਸਕਦੀ ਹੈ। ਅੱਜ ਕੱਲ੍ਹ ਪਰਸੋਂ ਨਹੀਂ, ਯੁੱਗਾਂ ਤੀਕ। ਅਤੇ ਤੁਸੀਂ ਆਹ ਕੈਲਕੂਲੇਟਰ ਛੋਟਾ ਜਿਹੜਾ ਸਾਡੇ ਘਰਾਂ 'ਚ ਦੁਕਾਨਾਂ 'ਤੇ ਹੁੰਦਾ ਹੈ, ਉਸ ਤੋਂ ਲੈ ਕੇ ਕੰਪਿਊਟਰ ਦੇ ਵਿੱਚ ਜਿੱਡਾ ਮਰਜ਼ੀ ਕੋਈ ਵੱਡਾ ਹਿਸਾਬ, ਉਹਨੇ ਤੁਰੰਤ ਤੁਹਾਨੂੰ ਦੱਸ ਦੇਣਾ ਹੈ ਇਹਨੂੰ ਤਕਸੀਮ ਕੀਤੀ ਹੈ, ਇਹਨੂੰ ਜ਼ਰਬ ਕੀਤਾ ਹੈ, ਘਟਾਓ ਕੀਤੀ ਹੈ ਕਿ ਗੁਣਾ ਕੀਤੀ ਹੈ ਕਿ ਇਹਨੂੰ ਜੋੜਿਆ ਹੈ, ਸਭ ਕੁਝ ਬੜਾ ਦਿਮਾਗ ਹੈ ਉਸਦਾ। ਕੰਪਿਊਟਰ ਨੂੰ ਬਣਾਇਆ ਹੈ ਬੰਦੇ ਨੇ, ਅਤੇ ਬੰਦੇ ਦਾ ਮਨ ਉਦੋਂ ਵੀ ਤੇਜ਼ ਹੈ, ਸਾਡਾ ਮਨ ਉਦੋਂ ਵੀ ਚੰਚਲ ਹੈ, ਅਤੇ ਸਾਡੀ ਯਾਦ ਸ਼ਕਤੀ ਕੰਪਿਊਟਰ ਨਾਲੋਂ ਵੀ ਜ਼ਿਆਦਾ ਹੈ, ਕੰਪਿਊਟਰ ਨਾਲੋਂ ਵੀ ਜ਼ਿਆਦਾ। ਤੁਸੀਂ ਪੁੱਛੋਗੇ ਕਿਵੇਂ, ਉਸ ਵਿਦਵਾਨ ਨੇ ਲਿਖਿਆ, ਕਹਿੰਦਾ ਸੰਸਾਰ ਦੀ ਜਿੰਨੀ ਲਾਇਬ੍ਰੇਰੀ ਹੈ, ਆ ਸੰਸਾਰ ਦੀ 7 ਮਹਾਂਦੀਪ ਨੇ, ਜਿੱਥੇ ਜਿੱਥੇ ਦੁਨੀਆ ਰਹਿੰਦੀ ਹੈ ਉਹਨਾਂ ਦੇ ਆਪਣੇ ਆਪਣੇ ਪੋਥੀਆਂ, ਗ੍ਰੰਥ, ਪੜ੍ਹਾਈ ਦੀਆਂ ਕਿਤਾਬਾਂ ਨੇ। ਉਹਨਾਂ ਸਾਰੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਇੱਕ ਮਨੁੱਖ ਯਾਦ ਕਰ ਸਕਦਾ ਹੈ, ਇੱਕ ਮਨੁੱਖ ਯਾਦ ਕਰ ਸਕਦਾ ਹੈ, ਅਤੇ ਉਹ ਯਾਦ ਕਰ ਲਏਗਾ, ਯਾਦ ਮੂੰਹ ਜ਼ਬਾਨੀ ਯਾਦ ਕਰ ਲਏਗਾ, ਅਤੇ ਉਹਦੀ ਜਿਹੜੀ ਮੈਮਰੀ ਹੈ, ਦਿਮਾਗ ਦੀ ਮੈਮਰੀ, ਅਤੇ ਉਹਦਾ ਕਹਿੰਦੇ ਨੇ 8% ਭਾਗ ਭਰੇਗਾ, ਅਤੇ ਬਾਕੀ ਰਹਿ ਗਈ 92, ਅਤੇ 92 ਖਾਲੀ ਰਹਿ ਗਈ। ਇੰਨਾ ਸਾਡਾ ਦਿਮਾਗ ਜਿਹੜਾ ਇਹਦੇ ਵਿੱਚ ਇੰਨਾ ਕੁਝ ਸੇਵ ਹੋ ਸਕਦਾ ਹੈ, ਇੰਨਾ ਕੁਝ। ਇਹਦੇ ਲਈ ਸਰੀਰ ਚਾਹੀਦਾ ਹੈ ਤੰਦਰੁਸਤ, ਇਹਦੇ ਲਈ ਬੰਦਾ ਚਾਹੀਦਾ ਹੈ ਚਿੰਤਾ ਤੋਂ ਮੁਕਤ, ਇਹਦੇ ਲਈ ਮਨ ਦੀ ਇਕਾਗਰਤਾ ਬੜੀ ਚਾਹੀਦੀ ਹੈ, ਅਤੇ ਚੰਗਾ ਤੰਦਰੁਸਤ ਦਿਮਾਗ ਇੰਨਾ ਕੁਝ ਯਾਦ ਰੱਖ ਸਕਦਾ ਹੈ, ਬਿਮਾਰ ਦਿਮਾਗ ਨਹੀਂ, ਚੰਗੇ ਦੀ ਗੱਲ ਕੀਤੀ ਹੈ। ਅਤੇ ਫਿਰ ਵੀ ਉਹਦਾ 92% ਭਾਗ ਖਾਲੀ ਰਹੇਗਾ। ਰੱਬ ਜੀ ਨੇ ਇੰਨੀ ਵੱਡੀ ਇਸ ਸਰੀਰ ਵਿੱਚ ਬਰਕਤ ਟਿਕਾਈ ਹੈ। ਮੈਂ ਜਿਹੜੀ ਗੱਲ 'ਤੇ ਆਉਣਾ ਉਹ ਗੱਲ ਅੱਗੇ ਹੈ, ਇਹ ਹੈ ਸਾਡੇ ਸਰੀਰ ਦੀ ਪਹੁੰਚ। ਵਾਹਿਗੁਰੂ ਸਾਡੇ ਸਰੀਰ ਵਿੱਚ ਇਹ ਬਰਕਤ, ਅਤੇ ਸਾਡੇ ਮਨ ਦੀ ਪਹੁੰਚ ਇੰਨੀ ਉਡਾਰੀ ਹੈ ਇਸ ਮਨ ਦੀ, ਅਤੇ ਜਿੱਥੇ ਅੱਜ ਸੰਸਾਰ ਨੇ ਬੜੀ ਤਰੱਕੀ ਕੀਤੀ, ਇਹ ਸਾਰੀ ਮਨ ਕਰਕੇ ਹੈ ਜੀ, ਸਾਡੀ ਬੁੱਧੀ ਕਰਕੇ, ਚੇਤਨਾ ਕਰਕੇ। ਆ ਜਹਾਜ਼ ਉੱਡਦੇ ਨੇ, ਜ਼ਮੀਨ ਦੋਜ਼ ਕਰਕੇ ਉਹਦੇ ਵਿੱਚ ਟ੍ਰੇਨ ਚਲਾਈਏ, ਦਿੱਲੀ ਦੀ ਮੈਟਰੋ ਉੱਤੇ ਲੋਕ ਤੁਰੇ ਫਿਰਦੇ ਨੇ, ਕਾਰਾਂ ਚੱਲੀ ਜਾਂਦੀਆਂ ਨੇ, ਉੱਤੇ ਜਹਾਜ਼, ਥੱਲੇ ਬੰਦੇ, ਅਤੇ ਉਦੋਂ ਥੱਲੇ ਟ੍ਰੇਨ ਤੁਰੀ ਜਾਂਦੀ ਹੈ। ਇਹ ਕਿਹਨੇ ਬਣਾਇਆ? ਇਹ ਸਾਡੇ ਦਿਮਾਗ ਦੀ ਕਾਢ ਹੈ। ਆ ਰੋਬੋਟ ਬਣ ਗਏ, ਅੱਜ ਕੱਲ੍ਹ ਘਰਾਂ ਦੇ ਵਿੱਚ ਨੌਕਰ ਰੱਖਣ ਦੀ ਲੋੜ ਨਹੀਂ। ਅੱਜ ਕੱਲ੍ਹ ਤਾਂ ਰੋਬੋਟ ਨੂੰ ਆਰਡਰ ਕਰੋ, ਕੰਪਿਊਟਰਾਈਜ ਸਭ ਕੁਝ ਹੈ, ਉਹ ਵੀ ਪ੍ਰਸ਼ਾਦਾ ਪਕਾ ਕੇ ਸਾਡਾ ਲਿਆ ਦਿੰਦਾ ਵੀ ਲਓ ਖਾਓ। ਇੰਨਾ ਬੰਦਾ ਅੱਗੇ ਲੰਘ ਗਿਆ। ਮੈਂ ਜਿਹੜੀ ਬੇਨਤੀ ਕਰਨੀ ਉਹ ਇਹ ਹੈ ਵੀ ਜਿੱਥੇ ਜਾ ਕੇ ਮਨੁੱਖ ਦੀ ਇੰਨੀ ਉੱਚੀ ਅਤੇ ਸੁੱਚੀ ਬੁੱਧੀ ਮੁੱਕ ਜਾਏਗੀ, ਜਿੱਥੇ ਜਾ ਕੇ ਮਨ ਦੀ ਚੰਚਲਤਾ ਖਤਮ ਹੋ ਜਾਏਗੀ, ਜਿੱਥੇ ਜਾ ਕੇ ਸੰਸਾਰ ਦਾ ਦਿਮਾਗ ਮੁੱਕ ਜਾਏਗਾ, ਉੱਥੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ੁਰੂ ਹੋਏਗੀ। ਇਸ ਕਰਕੇ ਇਹਦੇ ਅਰਥ ਨਹੀਂ ਹੋ ਸਕਦੇ। ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਬੜਾ ਸੁੰਦਰ ਨੁਕਤਾ ਦਿੱਤਾ ਹੈ ਵੀ ਆਪ ਆਪਣੀ ਬੁੱਧ ਹੈ ਜੇਤੀ, ਜਿੰਨੀ ਜਿੰਨੀ ਮੇਰੀ ਬੁੱਧ ਹੈ। ਮੇਰੀ ਥਾਂ 'ਤੇ ਪਹਿਲਾਂ ਸੱਜਣ ਉਹਨਾਂ ਦੀ ਆਪਣੀ ਬੁੱਧ ਸੀ, ਆਪ ਜੀ ਦੀ ਆਪਣੀ ਬੁੱਧ ਹੈ। ਜਿੰਨਾ ਜਿੰਨਾ ਗਿਆਨ ਰੱਬ ਜੀ ਨੇ, ਜਿੰਨੀ ਜਿੰਨੀ ਸੋਝ ਗੁਰੂ ਅਰਜਨ ਦੇਵ ਨੇ,
ਜਿੰਨੀ ਜਿੰਨੀ ਸੋਝੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਿੱਤੀ ਹੈ ਉਨੀਆਂ ਉਨੀਆਂ ਗੱਲਾਂ ਅਸੀਂ ਕਰਕੇ ਚੱਲਦੇ ਬਣਦੇ ਹਾਂ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਇਸ ਕਥਾ ਦਾ ਕੋਈ ਅੰਤ ਹੈ? ਨਹੀਂ ਹੈ ਨਾ। ਇਸ ਕਰਕੇ ਸਾਡੇ ਤੋਂ ਇਹ ਸ਼ਬਦ ਵਿੱਚ ਅੱਗੇ ਨਹੀਂ ਤੁਰਿਆ ਜਾਂਦਾ, ਪੈਰ ਨਹੀਂ ਪੁੱਟਿਆ ਜਾਂਦਾ। ਸਤਿਗੁਰੂ ਕਿਰਪਾ ਕਰਨ, ਗੁਰੂ ਅਰਜਨ ਸਾਹਿਬ ਜੀ ਨੇ ਮਾਇਆ ਦਾ ਰੂਪ ਦੱਸਿਆ ਹੈ ਵੀ ਇਹਦੇ 'ਚ ਦੋ ਗੱਲਾਂ ਨੇ। ਇੱਕ ਤਾਂ ਇਹ ਵੀ ਸੰਤ ਹੈ ਜਿਹੜਾ ਰੱਬ ਦਾ, ਉਹ ਮਾਇਆ ਨੂੰ ਉਹਨੂੰ ਵਿਆਪਦੀ ਨਹੀਂ, ਮਾਇਆ ਉਹਦੇ ਚਰਨੀ ਲੱਗਦੀ ਹੈ। ਜਿਹੜਾ ਰੱਬ ਦਾ ਸੰਤ ਏ, ਮਾਇਆ ਉਹਦੀ ਦਾਸੀ ਏ, ਅਤੇ ਜਿਹੜਾ ਸੰਸਾਰ ਦਾ ਬੰਦਾ, ਸੰਸਾਰ ਦਾ ਬੰਦਾ ਮਾਇਆ ਦਾ ਦਾਸ ਏ। ਗੱਲ ਬਸ ਇੰਨੀ ਕੀ ਹੈ ਅਤੇ ਉਹਦੇ ਦੁਆਲੇ ਸਾਰਾ ਮਹਾਰਾਜ ਨੇ ਚੰਗਾ ਪਸਾਰਾ ਸਾਨੂੰ ਦੱਸਿਆ ਹੈ। ਫਿਰ ਸਮਝ ਲਓ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ। ਗੁਰੂ ਅਮਰਦਾਸ ਦੇ ਦਰਵਾਜ਼ੇ ਅੱਗੇ ਮਾਇਆ, ਗੁਰੂ ਅਮਰਦਾਸ ਦੇ ਦਰਵਾਜ਼ੇ ਅੱਗੇ ਰਾਸ਼ਨ ਦੇ ਗੱਡੇ, ਗੁਰੂ ਅਰਜਨ, ਗੁਰੂ ਅਮਰਦਾਸ ਸਾਹਿਬ ਜੀ ਦੇ ਦਰਵਾਜ਼ੇ ਅੱਗੇ ਭੰਡਾਰੇ ਭਰੇ ਪਏ ਨੇ, ਉਹ ਮਾਇਆ ਹੈ। ਉਹ ਅਰਦਾਸ ਕਰਦੀ ਹੈ ਗੱਲ ਵਿੱਚ ਪੱਲਾ ਪਾ ਕੇ ਵੀ ਮੈਂ ਮਾਇਆ ਅਤੇ ਮੈਨੂੰ ਸਵੀਕਾਰ ਕਰੋ। ਅਤੇ ਗੁਰੂ ਅਮਰਦਾਸ ਸਾਹਿਬ ਬਾਪੂ ਜੀ ਉੱਧਰ ਵੇਖਦੇ ਨਹੀਂ, ਕਹਿੰਦੇ ਇਹਨੂੰ ਰਹਿਣ ਦਿਓ ਪਰੇ। ਉਹ ਅਰਦਾਸ ਕਰਦੀ ਹੈ ਵੀ ਮਾਇਆ ਭਗਤਾਂ ਕੀ ਦਾਸੀ, ਮੈਂ ਤੇ ਮਾਇਆ ਤੁਹਾਡੀ ਦਾਸੀ ਹਾਂ, ਮੈਨੂੰ ਸਵੀਕਾਰ ਕਿਉਂ ਨਹੀਂ ਕਰਦੇ, ਮੈਂ ਸੇਵਾਧਾਰਨੀ ਹਾਂ। ਅਤੇ ਉਹ ਫਿਰ ਕਹਿੰਦੀ ਹੈ ਜੇ ਮੈਂ ਚਰਨੀ ਤੁਹਾਡੇ ਲੱਗਾਂਗੀ ਫਿਰ ਮੈਂ, ਮੇਰੀ ਗਤੀ ਹੋਏਗੀ, ਫਿਰ ਮੈਂ ਮਹਿਲ ਪਾਵਾਂਗੀ, ਫਿਰ ਮੈਨੂੰ ਥਾਂ ਮਿਲੇਗੀ, ਮੈਨੂੰ ਵੀ ਸੱਚਖੰਡ ਫਿਰ ਮਿਲੇਗਾ ਜੇ ਮੈਂ ਤੁਹਾਡੇ ਚਰਨੀ ਲੱਗਾਂ। ਗੁਰੂ ਪਿਆਰਿਆਂ ਦੇ ਪਿੱਛੇ ਪਿੱਛੇ ਮਾਇਆ ਹੈ। ਮਹਾਰਾਜ ਦਾ ਇੱਕ ਬਚਨ ਆਪਨੇ ਕਈ ਵਾਰ ਸੁਣਿਆ ਹੈ ਕਿ ਇੱਕ ਤਾਂ ਇਹ ਵੀ ਹੈ, ਚੱਲ ਰਿੱਧ ਸਿੱਧ ਨਾਵੇਂ ਕੀ ਦਾਸੀ, ਰਿੱਧੀਆਂ ਸਿੱਧੀਆਂ ਨਾਮ ਦੀਆਂ ਦਾਸੀਆਂ ਅਤੇ ਰਿੱਧ ਸਿੱਧ ਵੀ ਮਾਇਆ ਹੈ। ਇੱਕ ਮਹਾਰਾਜ ਨੇ ਬਚਨ ਆਖਿਆ 18 ਸਿੱਧੀ 9 ਨਿਧੀ, 9 ਨਿਧੀਆਂ ਅਤੇ 18 ਸਿੱਧੀਆਂ, ਪਿੱਛੇ ਲੱਗੀਆਂ ਫਿਰੇ, ਉਹ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਰੱਬ ਜੀ ਨੂੰ ਹਿਰਦੇ ਵਿੱਚ ਵਸਾ ਲੈਂਦਾ ਮਾਇਆ ਉਹਦੇ ਪਿੱਛੇ ਆ ਜਾਂਦੀ ਹੈ। ਇੱਕ ਹੋਰ ਅਰਜ, ਇਹ ਤਾਂ ਚਲੋ ਮਾਇਆ ਦੀ ਗੱਲ ਏ, ਗੁਰੂ ਦੇ ਬੜੇ 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 ਮਹਾਂਪੁਰਖ ਹੋਏ ਨੇ। ਇੱਕ ਹੋਏ ਨੇ ਬਾਬਾ ਕਬੀਰ ਸਾਹਿਬ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਉਹਨਾਂ ਦੀ ਬਾਣੀ ਦਾ ਮੈਂ ਇੱਕ ਅਰਥ ਕਰਨ ਲੱਗਿਆ, ਉਹਨਾਂ ਦਾ ਦੱਸਣ ਲੱਗਿਆ ਵੀ ਰੱਬ ਦੇ ਪਿਆਰਿਆਂ ਪਿੱਛੇ ਮਾਇਆ ਨਹੀਂ। ਇੱਥੋਂ ਤੱਕ ਰੱਬ ਦੇ ਪਿਆਰਿਆਂ ਪਿੱਛੇ ਮਾਇਆ ਨੂੰ ਪੈਦਾ ਕਰਨ ਵਾਲਾ ਵੀ ਤੁਰ ਪੈਂਦਾ ਹੈ। ਕਬੀਰ ਸਾਹਿਬ ਦਾ ਸ਼ਬਦ ਏ, ਕਬੀਰ ਸਾਹਿਬ ਕਹਿੰਦੇ ਨੇ ਹਜ ਕਾਬੇ ਹੋਂ ਜਾਏ ਥਾ ਆਗਹਿ ਮਿਲਿਆ ਖੁਦਾਏ। ਭਗਤ ਕਬੀਰ ਸਾਹਿਬ ਕਹਿੰਦੇ ਇੱਕ ਦਿਨ ਮੈਂ ਹੱਜ ਕਰਨ ਚੱਲਿਆ ਕਾਬੇ ਅਤੇ ਮੈਨੂੰ ਅੱਗੇ ਖੁਦਾ ਮਿਲ ਪਿਆ। ਕਹਿੰਦਾ ਕਬੀਰ ਤੂੰ ਕਿੱਧਰ? ਕਹਿੰਦਾ ਜੀ ਮੈਂ ਪਛਾਣ ਲਿਆ ਉਸਨੂੰ, ਰੱਬ ਜੀ ਨੂੰ ਮੈਂ ਪਛਾਣ ਲਿਆ। ਰੱਬ ਮੈਨੂੰ ਹੱਸ ਕੇ ਮਿਲਿਆ, ਰੱਬ ਮੁਸਕਰਾ ਕੇ ਕਹਿੰਦਾ ਕਬੀਰ ਜੀ ਤੁਸੀਂ ਕਿੱਧਰ? ਮੈਂ ਕਿਹਾ ਜੀ ਮੈਂ ਵੀ ਹੱਜ ਕਰਨ ਚੱਲਿਆ ਅੱਲਾਹ ਤਾਲਾ ਦਾ। ਉਹ ਕਹਿੰਦੇ ਇਹਦਾ ਮਤਲਬ ਇਹ ਹੈ ਵੀ ਜਿਹੜਾ ਅੱਲਾਹ ਹੈ ਉਹ ਕਾਬੇ ਵਿੱਚ ਹੀ, ਤੁਸੀਂ ਸਮਝ ਲਿਆ? ਇੱਥੇ ਕਾਬਾ ਨਹੀਂ ਜਿੱਥੇ ਤੁਸੀਂ ਹੋ। ਕਬੀਰ ਸਾਹਿਬ ਕਹਿੰਦੇ ਮੈਂ ਸਮਝ ਗਿਆ ਵੀ ਅੱਜ ਮੈਂ ਛਲਿਆ ਗਿਆ ਅਤੇ ਮੈਨੂੰ ਛਲਤਾ ਮੇਰੇ ਰੱਬ ਜੀ ਨੇ। ਹੱਥ ਜੋੜੇ ਕਹਿੰਦੇ ਮੈਂ ਆ ਗਿਆ। ਫਿਰ ਮੈਂ ਬੰਦਗੀ ਕੀਤੀ, ਰੱਬ ਦੀ ਭਗਤੀ ਕੀਤੀ ਅਤੇ ਪਿਆਰ ਨਾਲ ਕਬੀਰ ਸਾਹਿਬ ਨੇ ਕਿਹਾ ਕਿ ਹੁਣ ਮੈਂ ਅੱਗੇ ਅੱਗੇ ਅਤੇ ਮੇਰੇ ਰੱਬ ਜੀ ਮੇਰੇ ਪਿੱਛੇ ਪਿੱਛੇ। ਅਤੇ ਉਹ ਰਾਮ ਜੀ ਪਰਮੇਸ਼ਰ ਜੀ ਕਬੀਰ ਸਾਹਿਬ ਨੂੰ ਕਹਿੰਦੇ ਕਬੀਰ ਖਲੋ ਜਾ, ਸਾਡੀ ਗੱਲ ਤਾਂ ਸੁਣ, ਇੱਕ ਵਾਰ ਮਿਲ ਤਾਂ ਲੈ। ਕਬੀਰ ਸਾਹਿਬ ਕੰਡ ਮੋੜੀ ਅੱਗੇ ਅੱਗੇ ਤੁਰੇ ਜਾਂਦੇ ਨੇ। ਬੇਨਤੀ ਸੀ ਵੀ ਰੱਬ ਦੇ ਭਗਤ ਮਾਇਆ ਨੂੰ ਤਾਂ ਪਿੱਛੇ ਲਾ ਹੀ ਲੈਂਦੇ ਨੇ, ਇੱਥੋਂ ਤੱਕ ਉਹਨਾਂ ਦੇ ਪਿੱਛੇ ਉਹਨਾਂ ਦੀ ਬੰਦਗੀ ਭਗਤੀ ਅਤੇ ਆਰਾਧਨਾ ਵੇਖ ਕੇ ਇੱਕ ਦਿਨ ਨਿਰੰਕਾਰ ਵੀ ਉਹਨਾਂ ਦੇ ਪਿੱਛੇ ਪਿੱਛੇ ਆਉਂਦਾ ਹੈ। ਇਸ ਸ਼ਬਦ ਵਿੱਚ ਮਹਾਰਾਜ ਨੇ ਉਹ ਨੁਕਤਾ ਦੱਸਿਆ ਵੀ ਗੁਰਸਿੱਖ ਜੀ ਇਸ ਮਾਇਆ ਦੇ ਭੰਬਲ ਭੂਸੇ ਤੋਂ ਉੱਚਾ ਉੱਠ, ਇਸ ਮਾਇਆ ਦੀ ਗ੍ਰਿਫਤ ਤੋਂ ਕਦੇ ਕਦਮ ਉੱਚਾ ਚੁੱਕ ਕੇ ਵੇਖ,
तैनू वह निरंकार आप तेरे गल विच सरूपा पाउन नू फिरदा है। पहर सिर पाओ सेवक जन मिले नानक प्रगट पहारे, उहदा सेवक बन। महाराज दे बचन जिथों आपां शुरू करना है भी माया व्यापत बहु प्रकारी, बड़े तरीकिआं नाल माया मनुख नू व्यापदी है। संत जीवें प्रभ ओठ तुम्हारी, गुरु अर्जन साहब कहिंदे पर मेरे प्यारे, मेरे गुरु नानक दे दुलारे, मेरे कलगी धर दे प्यारे, जिहड़े संत ने वह तेरे आसरे जिउंदे ने, माया उन्हां दे नेड़े नहीं। कल आपां गुरु गोबिंद सिंह दा एक बचन पढ़िया सी सवैया, उहदे विच आपां नाल दर्शन कीते सी तख्त दमदमा साहब दे, भी जिथों माता जी ने आके पुछया सतगुरु जी बच्चे, महाराज ने कहा खालसे मेरे बच्चे, महाराज कोले माया नहीं। दूसरी उदाहरण आपां ने यह कही सी भी गुरु नानक साहब का एक प्यारा शब्द है, 25 अंग दे उपर श्री राग दे विच गुरु ग्रंथ साहब का पहला राग श्री राग है। श्री राग विच गुरु नानक साहब का शब्द है, श्री राग महला पहला कर पंजवा, अशल शलाई नह शलै। ये आप शब्द के दो तीन तुकां दे अर्थ किए तो टाइम हो गया सी, अज उस शब्द के अर्थ आप पढ़ने हैं। अशल शलाई नह शलै, नह घाओ कटारा कर सकै, ज्यों साहिब राखै त्यों रहै, इस लोभी का जियो टल पलै। इस शब्द का प्रकरण सुनो, फिर बेनती है, अशल शलाई नह शलै। अशल का अर्थ किया है शिवजी, ब्रह्मा शंकर देव, उन्होंने यह दावा करता हरनाक्ष वर्गियां ने ऐलान करता डंके ते नगारे ते चोट मारती, असी माया नू जित लिया। गुरु नानक साहब ने लिखा अशल जेड़े कहिंदे सी असी माया नू जित लिया, उन्हां कोले पार्वती रूप विच माया आ गई। जेड़े कहिंदे सी माया नू जित लिया, उन्हां कोल लक्ष्मी दा रूप बना के माया आ गई। वो अशल जेड़े कहिंदे सी असी अशल हाँ, उन्हां अशलां नू माया ने छल दिता है। अशल शलाई, ते अशल शलाई दा अर्थ तो समझ गए, इन थोड़ी जी बरीक गल है, इस करके ध्यान दियो। अशल शलाई जेड़े कहिंदे सी असी अशल हाँ, उन्हां नू छल दिता। नहे शलै पर माया आप छली ना गई, नह शलै छली ना गई। हुण सुनो अशल शलाई नह शलै, हुण सिख हाथ जोड़ के बेनती करदा गुरु नानक साहब दी, ये चार शब्द सुन के गल विच पल्ला भाई बुढ़ा साहब गुरु नानक साहब नूं कहिंदे ने, गुरु भाई लहना साहब जी गुरु नानक साहब नूं कहिंदे ने, भाई सधारण साहब गुरु नानक साहब नूं कहिंदे ने, गुरु नानक जी फिर कृपा करो जेड़ी माया ब्रह्मा नूं छल गई है, जेड़ी माया शंकर देव नूं छल गई है, जेड़ी माया नारद नूं छल गई है, उन्हां वड्डे वड्डे मुनि देवतियां नूं छल गई है, उहदे सामने असी संसार दे बंदे की हाँ, उहदे सामने असी की विचारे किरम हाँ। ते महाराज फिर हाथ रखो साडे ते, नह काओ कटारा कर सकै, ऐसी कृपा करो पिओ माया साडे लोभ दा जख्म ना देवे, वो लालच दी कटार ना साडे मारे। असी दो भरा सी जी, एक कथा याद आ गई, फिर आप अगे तुकां दे अर्थ करांगे। दो भरा सी, दोवां कोले इको जी जमीन, पिता ने वंडती इको जी जमीन उपजाऊ दोवां कोले, ते पर दोवां दे परिवार इको जे नहीं सन। ये आम कथा है साडे पिंडां दी, दोवां कोले इको जे परिवार नहीं सी। जिहड़ा वड्डा सी उहदे कोल पत्नी ते दो बच्चे सन, एक बेटा ते दूजी बेटी, छोटा परिवार ते सुखी परिवार, एडा कु परिवार सी। जिहड़ा छोटा सी उहदे नाल मां भी रहिंदी सी, उहदे
चार को बच्चे सन, तीन बेटियां ते एक छोटा बेटा। परिवार सुखना वड्डा सी। ते जदों साल बाद फसल वड्डी जानी ते दोवां दे बोल बोल पुराना शब्द दानियां दा बोल, वो बोल खेत विच पिया, उहनां ढेरियां लगियां दोवां दा। ते जदों रात दे दस कु वजे किसे ने वेख्या भी उहनां दे बोल ते एक बंदा फिरदा है, उहनां दे बोल ते एक जाना है। उहने पंज सत बाल्टियां भरियां, इह सी वड्डा भाई, पंज सत बाल्टियां भरियां आपदे बोल तो, ते उहने छोटे भरा दे बोल उत्ते लद दित्तियां। जिन्ना वंडा वंडे आया सी उहदे विचों सत अठ दस बाल्टियां, कोई दो मन कणक तीन मन कणक अपने छोटे भरा दे ढेर उपर ढेरी करती। रात दस बजे की गल है, सीरी उन्हां दा उत्थे जागदा सी, आप उह घरे आ गया। अमृत वेले वजे चार, छोटा वीर उठिया ते उन्हें मां दे पैरी हाथ लाया, रब रब करदा करदा अपने खेत नूं हो तुरिया। खेत पहुंचिया उन्हें ओह बाल्टी फड़ी, अपने बोल विच्चों दस बाल्टियां भरियां ते वड्डे भरा दे बोल उत्ते ढेर करतियां। वड्डे भरा ते छोटे भरा दे उन अंदर वेखो की खेड वरतदी है। छोटे ने यह सोचिया भी मेरा वीर है, इहदियां बच्चियां ने तीन, इन्हें व्याहुणियां ने कल नूं, ते इहदे नाल मेरी मां भी रहिंदी है, उतरा मैं इहनूं देना ते मेरे तो लैंदा नहीं, ते चलो जे उतरा नहीं ते पार उपकार ही करना है, ते नाले सज्जन पुरख जिहड़े पार उपकार करदे नूं किसी नूं दसदे थोड़ा है ते असीं भी फलाने थां ते हज़ार रुपया दित्ता, असीं फलाने थां ते एक सौ दमड़ा चढ़ाया, नहीं तो साढ़े वर्गे ढाडी सिंह नूं दस देंगे ते ढाडी सिंह दस लख दमड़े कहेगा कि फलाना सिंह ने दिते। ये भी तो संगत जी माया है ना, प्रभाव पाउंदी है जिहड़ी अपनी वड्याई सुननी, ये भी माया। ते निंदिया सुन के अग बबूले हो जाना, ये भी माया। एक होर बेनती, जे कोई कहे ना सानू चंगा, बड़ा बंदा चंगा है, बड़ा बंदा चंगा है, असीं सुनदे रहांगे, आनंद जिहा लैंदे रहांगे, पर जदों ओह ही जबान कह देवे ना बड़ा बंदा चंद्रा है, ते साडे अंदर नूं अग लग जांदी है भी इहने गल आखी क्यों। ते सज्जना परसों दा ओह कही जांदा सी चंगा चंगा चंगा, उदों नहीं तेरे अंदर नूं कुछ होया, अज ही क्यों होया, ये भी माया जे। इसे नूं गुरु तेग बहादुर साहब जी ने जोर नाल दुख मैं दुख नहीं मानना उहदे विच माया आख्या। निंदिया सुनन दा गुस्सा आउणा ते प्रशंसा सुन के फुल फुल के समाउणा ना। साध संगत जी उहने पार उपकार कीता, चार वजे अमृत वेले उहने सोचिया वड्डे भाई ने ते दस बाल्टियां तां पाईआं सी भी इहदे नाल मां है, तीन बेटियां ने, छोटा बेटा कमाउण वाला नहीं है, चलो इहदा भला हो जाएगा। ते हुण छोटा सवेरे आया, उहने दस बाल्टियां इस करके पाईआं भी मेरा वीर है वड्डा, भावें इहदा बेटा बेटी एक है पर जिन्नियां साडियां पंज भैणां ने, पंजे भैणां मेरे वड्डे वीर कोले आउंदियां ने, ਉਹ ਮੇਰੇ ਨਾਨਕਿਆਂ ਨਾਲ ਮੇਰਾ ਵੱਡਾ ਵੀਰ ਵਰਤਦਾ ਹੈ, ਮੇਰੀਆਂ ਭੈਣਾਂ ਦੇ ਨਾਲ ਵੱਡਾ ਵੀਰ ਵਰਤਦਾ ਏ, ਉਹਨਾਂ ਦੇ ਵਿਆਹ ਸ਼ਾਦੀ ਅਤੇ ਮਰਗੇ ਸਮਰਗੇ ਪਹੁੰਚਦਾ ਏ, ਅਤੇ ਵੱਡਾ ਵੀਰ ਮੇਰੇ ਪਿਓਆਂ ਦੀ ਥਾਂ ਏ, ਅਤੇ ਜੇ ਮੈਂ ਪੰਜ ਸੱਤ ਬਾਲਟੀਆਂ ਉਹਦੇ ਬੋਲ ਵਿੱਚ ਪਾਤੀਆਂ ਤਾਂ ਮੈਨੂੰ ਕੀ ਫਰਕ ਪੈਂਦਾ ਹੈ। ਇਹਨੂੰ ਕਹਿੰਦੇ ਨੇ ਲੋਭ ਦੇ ਜ਼ਖਮ ਤੋਂ ਉੱਚਾ ਹੋਣਾ। ਹੈ ਤਾਂ ਉਹ ਵਿਚਾਰੇ ਬੰਦੇ ਨੇ, ਹੈ ਤਾਂ ਸਾਡੇ ਵਾਂਗ ਕਿਰਤ ਕੰਮ ਕਰਨ ਵਾਲੇ ਨੇ, ਪਰ ਨੀਤ ਮਾੜੀ ਨਹੀਂ ਰੱਖੀ, ਅਤੇ ਗੱਲ ਨੀਤ 'ਤੇ ਮੁੱਕਦੀ ਹੈ ਜੀ, ਜਿਹਨੂੰ ਅਮਲ ਕਹਿੰਦੇ ਨੇ। ਬਾਬਾ ਫਰੀਦ ਸਾਹਿਬ, ਅਸੀਂ ਨੀਤ ਕਹਿੰਦੇ ਪੰਜਾਬੀ 'ਚ, ਬਾਬਾ ਫਰੀਦ ਸਾਹਿਬ ਨੇ ਅਮਲ ਕਿਹਾ, ਕਬੀਰ ਸਾਹਿਬ ਨੇ ਵੀ ਅਮਲ ਕਿਹਾ। ਬਾਬਾ ਜੀ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਕਹਿੰਦੇ ਨੇ ਵਿਦਵਾਨ ਨੂੰ,
ਲਤੀਫ ਕਹਿੰਦੇ ਨੇ ਬੁੱਧੀਮਾਨ ਨੂੰ, ਅੱਜ ਦੀ ਭਾਸ਼ਾ 'ਚ ਬੁੱਧੀਜੀਵ ਕਿਹਾ ਜਾਂਦਾ ਹੈ। ਫਲਾਨਾ ਜੀ ਬੜਾ ਬੁੱਧੀਜੀਵ, ਬੁੱਧੀਜੀਵ ਦਾ ਅਰਥ ਇਹ ਜਿਹਦੀ ਬੁੱਧੀ ਬੜੀ ਬਰੀਕ ਹੈ ਅਤੇ ਜਿਹੜਾ ਦੂਜੇ ਦੀ ਬਰੀਕ ਜੀ ਗੱਲ ਨੂੰ, ਵਾਲ ਜਿੰਨੀ ਗੱਲ ਨੂੰ ਫੜ ਲੈਂਦਾ ਉਹਨੂੰ ਬੁੱਧੀਜੀਵ, ਬੁੱਧੀਮਾਨ। ਅਤੇ ਬਾਬਾ ਜੀ ਨੇ ਉਹਨੂੰ ਲਿਖਿਆ ਅਕਲ ਲਤੀਫ। ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਆਵਾਜ਼ ਆਈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਤੇਰੇ ਕੋਲ ਕਲਮ ਹੈ ਨਾ, ਆ ਕਲਮ ਹੈ ਜੇ ਇਹਦੇ ਨਾਲ ਲੇਖ ਲਿਖਦਾ ਤੇ ਆਪਣੀ ਜ਼ਿੰਦਗੀ ਦੇ ਲੇਖ ਕਾਲੇ ਨਾ ਲਿਖ, ਸੁਨਹਿਰੀ ਲਿਖ। ਆ ਸਿੱਖ ਇਤਿਹਾਸ ਪੜ੍ਹਦੇ ਜੇ ਨਾ, ਆਹ ਜਿੰਨਾ ਇੱਥੇ ਬੱਚੇ ਬੱਚੀਆਂ ਨੇ ਆਪਣਾ ਤਨ ਕਟਵਾਇਆ ਹੈ, ਜਿੰਨਾ ਮਾਵਾਂ ਨੇ ਗਲ ਵਿੱਚ ਟੋਕਰੇ ਗਲ ਵਿੱਚ ਟੁਕੜੇ ਕਰਕੇ ਪਵਾਏ ਨੇ, ਉਹਨਾਂ ਮਾਵਾਂ ਨੇ ਲੇਖ ਸੁਨਹਿਰੀ ਲਿਖੇ ਨੇ। ਰਹਿੰਦੀ ਦੁਨੀਆਂ ਤੱਕ ਸਿੱਖ ਅਰਦਾਸ ਕਰੇਗਾ ਅਤੇ ਮੁਸ਼ਕਿਆਨਾ ਸਾਹਿਬ ਦੇ ਸ਼ਹੀਦਾਂ ਨੂੰ ਸਿੱਜਦਾ ਹੋਏਗਾ। ਅੱਜ ਇੱਥੇ ਗੁਰੂ ਕੀ ਸੰਗਤ ਆਪ ਬੈਠਦੇ ਹੋ, ਕੱਲ੍ਹ ਮਲੇਰਕੋਟਲੇ ਤੋਂ ਇੱਕ ਪਰਿਵਾਰ ਆਇਆ ਜੀ, ਅਸੀਂ ਅਖੰਡ ਪਾਠ ਸਾਹਿਬ ਕਰਵਾਉਣਾ। ਮੈਂ ਸੋਚਿਆ ਵੀ ਗੁਰਦੁਆਰਾ ਸਾਹਿਬ ਅਤੇ ਉਹਨਾਂ ਦੇ ਪਿੰਡ ਵੀ ਹੈ, ਮਲੇਰਕੋਟਲੇ ਤੋਂ 25 ਪਿੰਡ ਛੱਡ ਕੇ, 3 ਸ਼ਹਿਰ ਛੱਡ ਕੇ ਉਹ ਪਰਿਵਾਰ ਇੱਥੇ ਹੀ ਕਿਉਂ ਆਇਆ ਹੈ। ਬਾਅਦ 'ਚ ਸੋਚਿਆ ਮਨਾ ਇਹ ਸਾਡੀ ਇਸ ਬਿਲਡਿੰਗ ਨੂੰ ਵੇਖ ਕੇ ਨਹੀਂ ਆਇਆ, ਸਾਡੇ ਪ੍ਰਬੰਧ ਨੂੰ ਵੇਖ ਕੇ ਨਹੀਂ ਆਇਆ, ਉਹ ਆਇਆ ਹੈ ਉਹਨਾਂ ਸ਼ਹੀਦਾਂ ਦੇ ਚਰਨਾਂ 'ਤੇ ਨਤਮਸਤਕ ਹੋਣ। ਔਰ ਉਹਨਾਂ ਨੇ ਲੇਖ ਲਿਖੇ ਨੇ ਸੁਨਹਿਰੀ ਅੱਖਰਾਂ ਵਿੱਚ, ਕਾਲੇ ਨਹੀਂ, ਕਾਲੇ ਲਿਖੇ ਹੋਣ 'ਤੇ ਕਾਲੇ ਕਿੰਨੇ ਕਿੰਨੇ ਲਿਖੇ ਨੇ, ਗੰਗੂ ਨੇ ਕਾਲੇ ਲਿਖੇ ਨੇ, ਚੰਦੂ ਨੇ ਕਾਲੇ ਲਿਖੇ ਨੇ, ਔਰੰਗਜ਼ੇਬ ਨੇ, ਵਜ਼ੀਰ ਖਾਂ ਨੇ ਕਾਲੇ ਲਿਖੇ ਨੇ, ਅਤੇ ਉਹਨਾਂ ਨੂੰ ਲਾਹਨਤਾਂ ਨੇ ਜ਼ਿੰਦਗੀ ਭਰ। ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ, ਦੇਖ ਦੂਜਿਆਂ ਦੇ ਔਗਣ, ਦੂਜਿਆਂ ਦੀ ਮਿੱਟੀ ਪੁੱਟਣ ਵਾਲਿਆ, ਕਦੇ ਆਪਣੇ ਗਰੀਬਾਨ ਦਰਥ ਆਪਣੀ ਬੁੱਕਲ ਦੇ ਵਿੱਚ ਝਾਤੀ ਮਾਰਨੀ, ਪੰਜਾਬੀ ਦਾ ਮੁਹਾਵਰਾ ਹੈ, ਜਾਂ ਪੰਜਾਬੀ ਦਾ ਮੁਹਾਵਰਾ ਆਪਣੀ ਮੰਜੀ ਥੱਲੇ ਸੋਟਾ ਫੇਰਨਾ, ਕਿਤੇ ਕੁੱਤਾ ਇੱਥੇ ਤਾਂ ਨਹੀਂ ਬੈਠਾ, ਇਹ ਪੰਜਾਬੀ ਦਾ ਮੁਹਾਵਰਾ। ਇਸ ਕਰਕੇ ਸਤਿਗੁਰੂ ਜੀ ਨੇ ਇੱਥੇ ਕਿਹਾ ਵੀ ਸਿੱਖ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਅੱਗੇ ਵੀ, ਨਾ ਘਾਉ ਕਟਾਰਾ ਕਰ ਸਕੈ, ਮਾਇਆ ਜ਼ਖਮ ਨਾ ਦੇਵੇ, ਐਸਾ ਸਾਨੂੰ ਤਰੀਕਾ ਦੱਸੋ, ਤਰੀਕਾ ਕੀ ਹੈ। ਗੁਰੂ ਅਰਜਨ ਸਾਹਿਬ ਤੋਂ ਕੱਲ੍ਹ ਪੁੱਛਾਂਗੇ, ਗੁਰੂ ਨਾਨਕ ਸਾਹਿਬ ਕੱਲ੍ਹ ਦੱਸਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਅਗਲੇ ਸਮੇਂ ਲਈ ਗੁਰੂ ਕੀ ਬਾਣੀ ਦਾ ਕੀਰਤਨ ਗੁਰਮੁਖਾਂ ਪਾਸੋਂ ਸ਼ਰਧਾ ਨਾਲ ਸਰਵਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਨਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਲਿਆਂ, ਦੋ ਤਗਾਵੋ ਹਾਜੀ ਤੇਰਾ ਮਨ ਜਿਨੇ ਵਸਾਇਆ, ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਵਰਤਾ ਤੇਰੇ ਸੱਚੇ ਜਿਸਦੇ ਸੁਭਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਜ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਇਆ, ਦਲ ਸ਼ਾਂਤ ਸੁਖ ਮਨ ਆਇ ਵਸਿਆ ਜਨ ਇੱਛਾ ਸਭ ਪਜਾਇਆ, ਸਦਾ ਗੁਰਬਾਣ ਕਿਤਾ ਗੁਰ ਵਿਖਾਉਣ ਸਦੀਆਂ ਦੇ ਵਡਿਆਇਆ, ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਆਜੇ ਮਨ ਸ਼ਬਦ ਤੇ
ਹਰਿ ਸਿਪਾਹੀ ਤਾਰ ਸਿਪਾਹੀ ਸ਼ਬਦ ਵਾਜੇ ਭਲਾ ਜਿਤ ਕਰ ਦਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਧਰਮ ਪਾਇਆ ਤੁਧ ਜਿਤ ਕਉ ਸੇ ਨਾਮ ਹਰਿ ਕਹਿਲਾਵੇ ਕਹੇ ਨਾਨਕ ਤੈ ਸੁਖ ਆਗਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਪਾ ਦਿਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਇਤਰੇ ਸਗਲ ਵਿਸੂਰੇ ਦੁਖ ਰੋਗ ਸਹਿ ਪਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੇ ਸਰਸੇ ਪੂਰੇ ਗੁਰ ਤੇ ਜਾਣ ਦੇ ਪੁਨੀਤ ਕਹਤੇ ਭਗਤ ਸਤਿਗੁਰ ਰਹਿਆ ਭਰਪੂਰੇ ਗੁਰਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਤੁਰੇ ਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਾਤ ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਸੰਗਤ ਕਾਲ ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਸੰਗਤ ਕਾਲ ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੈ ਤਾਏ ਸਭ ਥਾਂਏ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂਏ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਸਮੁੱਚੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਜੀ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੇ ਓਟ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਨਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨ ਵਿੱਚ ਆਪ ਜੀ ਦੇ ਪ੍ਰਕਾਸ਼ ਦੀ ਸੇਵਾ ਪੰਜਾਂ ਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦਾ ਕੀਰਤਨ ਗੁਰਬਾਣੀ ਦੇ ਵਿਚਾਰ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦਾ ਕੀਰਤਨ
आप जी की पावन बाणी पढ़द्या समुचिया सेवावान निभाद्या हाजरी भरद्या बेअंत भुला हुई खिमा बख्शो जी अगे तो समत बख्शो इस पढ़ी सुनी गुरबाणी का भाव आई हुई साध संगत के हिरद्या वसा अमृत वेले तो जिन्हों संगत ने आप जी के पावन चरण परसे हैं सब संगत की हाजरी तिल फुल भेटावान दर प्रवान करनिया जी संगतां नूं दरों करों गुरसिखी जीवन नामदान सेवा सिमरन चढ़दी कला की दात बख्शनी वाहियां कमाइया विच बरकतां पाउणियां नगर खेड़े का भला करना माल मनुखी जीआं ते सुख वरताउणी आदि ब्याधि उपाधि का नाश करके भजन बंदगी का प्रगास करना चार पहर रात्रि पहाने अंदर बतीत हुई चार पहर दिहाड़ा पहाने अंदर सुख नाल बतीत करवाउणा आप जी दे हजूर सेवक परिवारां वल्लों भाई दर्शन सिंह सलेमपुरा अपने सपुत्र का विआह कारज नेपरे चढ़न की खुशी में आप जी का शुकराना करद्या देख वास्ते सेवा ते कार सेवा वास्ते माया करके सेवा की सेवक परिवार वालों देख की सेवा ते रुमाले साहब की सेवा की है सतगुरु साहब जीओ इन्हां सेवक परिवारों दीआं हाजरियां दर प्रवान करनिया भेटावान दर प्रवान करनिया जी दरों करों गुरसिखी जीवन नामदान सेवा सिमरन चढ़दी कला दियां दातां बख्शनियां इस वेले आप जी दे हजूर कड़ा प्रसादी देख साज हाजर है करो कृपा जी करी पाक साल सोच पवित्रा हुण लाभ भोग हर राय आप जी का भोग लगे प्रसाद संगत विच वरताउण दी आग्या बख्शो खालसे पंथ की चढ़दी कला करो जी सरबत का भला करो हुन आप जी पावन हुक्मनामा साहब बख्शो सारिया संगतां नूं निहाल कृतार्थ करो सही प्यारे मिलो जिन्हां मिलिया आप जी का नाम चेता आवे नानक नाम चढ़दी कला वाहिगुरु जी का खालसा वाहिगुरु जी की फतेह दोहराया गया भैया काल की सब सिखन को हुक्म है गुरु ग्रंथ जी मान्यो जो प्रभ को मिल बोच है राज करेगा खालसा ख्वार होए सब मिलेंगे वाहिगुरु नाम जहाज है जो शरदा कर सेवन दे जो शरदा कर सेवन दे बोले सो निहाल वाहिगुरु जी का खालसा वाहिगुरु जी की फतेह श्री वाहे गुरु साहिब जीओ सूही महला पहला भांडा हच्छा सोए जो तिस भाव सी भांडा आत्मलीन तोता हच्छा ना होए सी भांडा हच्छा सोए जो तिस भाव सी भांडा आत्मलीन तोता हच्छा ना होए सी गुरु द्वार होए सोजी पाए सी एत द्वार तोए हच्छा होए सी मैले हच्छे का विचार आप वरताए सी मत को जान जाए अगे पाए सी जे कर्म कमाए तेहा होए सी
अमृत हर का नाओ आप वरताए सी। चलिया पत स्यों जन्म सवार वाजा वाए सी, मानस क्या बेचारा ते लोक सुनाए सी। नानक आप निहाल सब कुल तार सी, मानस क्या बेचारा ते लोक सुनाए सी। नानक आप निहाल सब कुल तार सी। वाहेगुरु जी का खालसा वाहेगुरु जी की फतेह। पई हमरी करो हाथ दे रक्षा, तब चरणन मन रहे हमारा, जान करो व्रत पारा, हमरे दुष्ट सब तुम कावो, सुखी बसे मोरो परवारा, मोर अच्छा निज कर दे करिये, पूरन होए हमारी आसा, तुम्हें छाड़ कोई अवर ना त्याऊं, जो घर जाओ सुतम ते पाओ, सेवक सिख हमारे तारिय है, अंजन सत्रह हमारे मारिय है, आप हाथ दे मुझे उबरे है, मन काल का द्रास नवरी है, पूजो सदा हमारी पच्छा, तो जो करियो रच्छा, राख लियो मोहे रखन हारे, आयो संत जाए प्यारे, दीन बंद दुष्टन के हंता, काल पाए ब्रह्मा बपतरा, काल पाए कर विष्णु प्रकाशा, काल का किया तमाशा, जवन काल जोगी शिव कियो, जवन काल सब लोक सवारा, नमस्कार है ताहे हमारा, जवन काल सब जगत बनायो, आदि अंत कै अवतारा, नमस्कार तिस ही को हमारी, शिवकन को सब गुण सुख दियो, कट कट के अंतर की जानत, चीटी ते कुंचर अस्थूला, संतन दुख पाए ते दुखी, एक एक की पीर पछाने, जबोद करख करा कर तारा, जब आकर्ख कर तो हूँ कब हूँ, जेते बदन श्रेष्ठ सब तार है, तुम सब ही ते रहत निरालम, निरंकार निर्विकार निर्लंब, ताका मूड उचारत भेदा, ताको कर पाहन अनुमानत, महादेव को कहत सदा शिव, आप अपनी बुद्ध है जीती, तुमरा लखा ना जाए पसारा, एक रूप अनूप स्वरूपा, अंडर जीर से तजकीनी, कहू फूल राजा बैठा, सिगरी श्रेष्ठ दिखाए अचंपव, अब रक्षा मेरी तुम करो, दुष्ट जिते उठ बतुत पाता, जे अस्तु तब सरनी परे, पुरख जवन पग परे तिहारे, जो कल को एक बार त्याए है, रक्षा हुए ताहे सब काला, कृपा दृष्ट तन जाए नहरियो, रिद्ध सिद्ध कर्मो सब होई, एक बार जिन तुम्हें संभारा, जिन नर नाम तिहारो कहा, खड़ग के तुम्हें शरण तिहारी, सर्व ठोर मोह साई, कृपा करी हम पर जग माता, तिलबिक सगल दे को हरता, दोग्यन को शे करता,
ਸ੍ਰੀ ਅਸਤੁ ਜਪੈ ਦਿਆਲਾ ਗੁਰੂ ਗ੍ਰੰਥ ਦੇ ਕਾਲਾ ਮਨ ਵਾਚਤ ਫਲ ਪਾਵੈ ਸੋਈ ਅੜਲ ਸੁਣੈ ਗੁੰਗ ਜੋ ਜਾਏ ਸੁਰਸ ਨਾ ਪਾਵਹਿ ਦੁਖ ਦਰਦ ਪਾਉ ਨਿਕਟ ਨਾ ਤਿਨ ਨਰ ਕੇ ਰਹਿ ਚੌਪਈ ਸੰਬਤ ਸਤਰੈ ਸਹਿ ਸਪਣੀ ਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਰਾਮ ਰਹੀਮ ਪੁਰਾਨ ਕੁਰਾਨ ਸਿਮਰਤ ਸ਼ਾਸਤਰ ਵੇਦ ਸਬੈ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਦੋਹਰਾ ਸਗਲ ਦੁਆਰ ਕੋ ਛਾੜ ਕੈ ਬਾਹੇ ਗਹੇ ਕੀ ਲਾਜ ਅਸ ਸਗਲ ਦੁਆਰ ਕੋ ਛਾੜ ਕੈ ਗਹੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।